ਅਸਲਾਮ ਵਾਲੇਕੁਮ ਦੋਸਤੋ, ਅੱਜ ਦੇ ਵਿਲਾਗ ਨਾਲ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਤੁਹਾਨੂੰ ਪਤਾ ਪਿਛਲੇ ਦਿਹਾੜੇ ਅਸੀਂ ਗਿਆ ਸੀ ਚਾਂਦ ਬਲੋਚ ਕੋਲ ਅਤੇ ਮੁਜ਼ਮੀ ਨਾਲ ਕੋਈ ਨਾ ਸੀ ਲੈ ਕੇ, ਅਤੇ ਅੱਜ ਆ ਸਾਡਾ ਪ੍ਰੋਗਰਾਮ ਬਣਿਆ ਮੰਜ਼ਰ ਖਾਨ ਕੋਲ ਜਾਣ ਦਾ। ਅੱਜ ਮੁਜ਼ਮੀ ਆਖਿਆ ਭਾਵੇਂ ਸਾਲਮ ਦੋ ਪੱਤੀਆਂ ਵੀ ਹੋ ਜਾਵੇ ਨਾ, ਅੱਜ ਮੈਂ ਤੁਹਾਡੇ ਨਾਲ ਨਾਲ ਹੀ ਰਸ ਦੋਸਤੋ। ਬਾਬਾ ਇਤਨਾ ਖੁਸ਼ ਹੈ ਜਿਵੇਂ ਮੰਨੇ ਉਮਰੇ ਅਤੇ ਵਹਿਣ ਲੱਗੇ ਨਹੀਂ ਕਰਦੇ। ਅਤੇ ਬਾਕੀ ਇਨਸ਼ਾਅੱਲਾ ਪੂਰੇ ਰਸਤੇ ਦੀ ਤੁਹਾਨੂੰ ਸੈਰ ਕਰਾਈਂਦੇ ਰਸਾਂਗੇ, ਰਸਤੇ ਦੇ ਵਿੱਚ ਪੂਰੀ ਝਸ ਲੈਣੀ ਵੀਡੀਓ ਦੀ। ਅਤੇ ਹੁਣ ਫਿਲਹਾਲ ਅਸੀਂ ਆਪਣੇ ਪਿੰਡੋਂ ਨਿਕਲ ਰਹੇ ਹਾਂ। ਇਹ ਵੇਖ ਲਓ, ਆਹ ਰਕਸ਼ਿਆਂ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਹੈ, ਇਹ ਸਾਡਾ ਇਲਾਕਾ ਹੀ ਹੈ, ਰਕਸ਼ਿਆਂ ਤੋਂ ਅੰਦਾਜ਼ਾ ਹੋ ਰਿਹਾ। ਹਾਂ ਬਈ ਸੱਜਣਾ, ਉਹ ਹੈਰਾਨ ਤਾਂ ਹੋ ਗਿਆ ਸੋ ਗੱਡੀ ਤੋਂ ਲੈ ਕੇ ਫੌਰਨ ਸਕੂਟਰ ਤਾਂ ਕਿਵੇਂ ਆ ਗਏ ਨੂੰ, ਕਿਉਂਕਿ ਬਾਗਟ ਸਾਡੀ ਗੱਡੀ ਖਰਾਬ ਹੋ ਗਈ। ਬਾਅਦ ਮੌਜ਼ਮੀ ਆਖਿਆ ਵੀ ਗੱਡੀ ਸੰਨ ਦੁਰਗੇ ਸੀਗੀ, ਅਸੀਂ ਗੱਡੀ ਦੁਰਗਸਾਂ ਗਏ, ਅਸਾਂ ਉੱਥੇ ਸਕੂਟਰ ਲੈ ਲਿਆ, ਗੱਡੀ ਰਕਸ਼ੇ ਮਗਰ ਬਣਾ ਕੇ ਅਸਾਂ ਪਿੱਛੇ ਟੋਰ ਛੱਡੀ। ਇਨਸ਼ਾਅੱਲਾ ਅੱਲਾ ਖੈਰ ਕਰੇ, ਤੁਸੀਂ ਸਾਡੇ ਨਾਲ ਨਾਲ ਰਹਿਣਾ। ਅੱਜ ਤੁਹਾਨੂੰ ਸਫ਼ਰ ਦਾ ਇੱਕ ਬਹੁਤ ਖੂਬਸੂਰਤ ਜਿਹਾ ਮੰਦਰ ਵਿਖਾਉਣਾ ਇਨਸ਼ਾਅੱਲਾ। ਮੰਦਰ ਤਾਂ ਵੇਖਣਾ ਹੀ ਵੇਖਣਾ, ਹਾਂ ਜੰਗ ਜੀ ਵਗੇ ਵੇਖਦੇ। ਅਤੇ ਅਸੀਂ ਨਾ ਇੰਟਰਟੇਨਮੈਂਟ ਤੁਹਾਨੂੰ ਦੇਣੀ ਹੈ, ਕਿਉਂਕਿ ਸਾਡਾ ਟਾਰਗੇਟ ਹੈ ਆਲੀਆ ਭੱਟ ਖਾਨ ਜੀ ਅਤੇ ਬਾਕੀ ਮੰਦਰ ਖਾਨ। ਦੋਸਤੋ ਇੱਕ ਹੀ ਜਾਈ ਤਾਂ ਜੇ ਸਾਹ ਕੱਢਣ ਲੱਗੇ ਹਾਂ, ਬੋਤਲ ਸ਼ੋਤਲ ਪੀਤੀ ਹੈ, ਅੱਗਾ ਥੋੜ੍ਹਾ ਜਿਹਾ ਟੁਰ ਰਹੇ ਹਾਂ ਨਾ, ਅਤੇ ਅੱਗੇ ਪੁਲਿਸ ਵਾਲਿਆਂ ਨਾਕਾ ਲਾਇਆ ਹੋਇਆ ਜੀ। ਉਹਨਾਂ ਵਿੱਚੋਂ ਦੋ ਪੁਲਿਸ ਵਾਲੇ ਆਏ, ਉਹਨਾਂ ਅੱਲਾ ਕੀਤਾ ਸਾਨੂੰ ਸਿਆਣ ਲਿਆ, ਉਹ ਸਾਡੇ ਫੈਨ ਨਿਕਲੇ, ਉਹਨਾਂ ਬੜਾ ਸਾਨੂੰ ਪ੍ਰੋਟੋਕੋਲ ਦਿੱਤਾ। ਇੱਕ ਤ੍ਰੀਆ ਪੁਲਿਸ ਵਾਲਾ ਜਿਹੜਾ ਆਈ ਨਾ ਬਾਈ, ਉਹ ਸਾਨੂੰ ਸਮਝਾਤਾ ਨਹੀਂ, ਹੁਣ ਅੱਲਾ ਜਾਣੇ ਉਹ ਸਨ ਕਿਉਂ ਨਹੀਂ ਸਮਝਾਤਾ। ਉਹ ਸਨ ਇਸ ਤੋਂ ਨਹੀਂ ਸਮਝਾਤਾ, ਉਹਦੇ ਕੋਲ ਮੋਬਾਈਲ ਹੀ ਜੇ ਬਟਨ ਵਾਲਾ। ਲਓ ਦੋਸਤੋ, ਗਵਾਣੇ ਤਾਂ ਅਸੀਂ ਗਏ ਹਾਂ ਪਹੁੰਚ, ਹੁਣ ਜਿੰਨਾ ਵਾਸਤੇ ਆਇਆ ਸੀ ਉਹ ਸਾਨੂੰ ਕੋਈ ਨਹੀਂ ਲੱਭਦੇ, ਪੈਟੋ ਰੰਗਾਂ ਕਿਸੇ ਗਲੀ 'ਚ ਕੁੱਖੜ ਕਹਿੰਦੇ ਮੜਕੇ ਬਵਾਣੇ ਤੈਨ ਹੋਸ਼ ਵੀ ਟਿਕਾਣੇ ਵਾਲਾ ਛੱਡੇ। ਹਾਂ ਅੱਗੇ ਇੱਕ ਦੋ ਬੂਹੇ ਖੜਕਾਏ ਹੈ ਨਾ, ਆਵਿਧ ਪਏ ਹੋ ਗਲੀਆਂ ਵਿੱਚ ਪਾਉਂਦੇ ਵੱਧੇ ਹਾਂ, ਉਹਲਾ ਜਾਣੇ ਅੱਗੇ ਆਏ ਹਾਂ ਅਸੀਂ ਇੱਥੇ, ਹੁਣ ਸਾਨੂੰ ਉਹਨਾਂ ਦਾ ਗਾਰੀ ਵਿਸਰ ਗਿਆ ਵੱਲਾ ਜਾਣੇ, ਉਹ ਆਲੋ ਪਏ ਸੇ ਪਏ ਪਾਣੀ ਵਾਲੇ ਟੋਟ ਗਏ ਹਾਂ। ਮੋਜ ਮੇਰੀ ਜੁੱਤੀ ਵੀ ਟੁੱਟ ਗਈ ਹੈ, ਹੁਣ ਮੋਚੀ ਟੁੱਟੇ ਨੇ ਆਪਣਾ ਮਾਨ ਨੂੰ ਛੱਡ ਪਰ ਮੋਚੀ ਟੁੱਟ ਗਈ। ਹਾਂ